ਚਾਲ ਇਸ ਕਰਕੇ ਨਾਨਕ ਕਿਸੇ ਪੁੱਛਿਆ ਨਹੀਂ ਰਾਣੀ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਭਾਰ ਸੀ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ, ਮੈਨੂੰ 12 ਸਾਲ, ਮੇਰਾ ਬਿਆਨਾਂ 'ਤੇ ਨਾ ਮੈਨੂੰ ਬੇਲ ਨਹੀਂ ਦੇ ਰਹੇ, ਜਾਣ ਬੁੱਝ ਕੇ ਸਾਰੇ ਇਕੱਠੇ ਹੋ ਰਹੇ ਨੇ। ਕਿਉਂ, ਕੀ ਕਾਰਨ ਕੀ ਹੈ? ਪਤਾ ਨਹੀਂ ਕੀ, ਮੈਨੂੰ ਸਮਝ ਲੱਗ ਰਹੀ ਕਿ ਜੁਡੀਸ਼ਰੀ ਨੂੰ ਦੇਖਣਾ ਚਾਹੀਦਾ, ਜੁਡੀਸ਼ਰੀ ਵੀ ਉਹ ਕਰ ਰਹੀ ਆ, ਧਿਆਨ ਨਾਲ ਦੇਖਣਾ ਚਾਹੀਦਾ ਮੇਰਾ ਕੇਸ। ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ, ਜੇ ਤੁਹਾਡੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ, ਕੀ ਕਾਰਨ ਲੱਗਦਾ? ਕੋਈ ਰਾਜਨੀਤਿਕ ਰਾਜਨੀਤਿਕ ਪ੍ਰੈਸ਼ਰ ਹੈ ਤੁਹਾਡੇ ਵੱਲੋਂ? ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦੇਰ ਪਹਿਲਾਂ, ਇੱਕ ਬਿਆਨ ਦਿੱਤਾ ਗਿਆ ਸੀਗਾ, ਲੇਕਿਨ ਅੱਜ ਤੱਕ ਉਸਦੀ ਇਨਕੁਆਇਰੀ ਵੀ ਨਹੀਂ ਹੋਈਗੀ। ਮੈਂ ਰਸੀ ਵੀ ਮੰਗ ਰਹੀ ਸੀ, ਮੈਂ ਜਾ ਕੇ ਮੰਗੂਗਾ ਹੁਣ ਵੀ, ਅੱਜ ਮੰਗ ਸੀ ਬੀ ਦੀ ਜਾਂਚ। ਮੈਨੂੰ ਫਾਂਸੀ, ਮੈਂ ਇੱਕ ਗੱਲ ਕਹਿਣਾ, ਜੇ ਮੈਨੂੰ ਇਹ 'ਚ ਕੋਈ ਦੋਸ਼ੀ ਪਾਇਆ ਜਾਵੇ CBI ਅੱਗੇ ਜਾਂਚ ਕਰਦੇ, ਮੈਨੂੰ ਫਾਂਸੀ ਦਿੱਤੀ ਜਾਵੇ, ਤੁਹਾਡੇ ਨਾਲ ਮੇਰਾ ਕੋਈ ਡਾਕੂਮੈਂਟ ਸਾਰਾ ਹੀ ਹੋ ਚੁੱਕਿਆ। ਉਹਨੂੰ ਇਸੇ ਸੇਮ FIR ਉਹਦੇ ਵਿੱਚ, ਉਹਨੂੰ 15 ਸਾਲ ਸਜ਼ਾ, ਮੈਨੂੰ 12 ਸਾਲ, ਉਹਨੂੰ ਉਹਨਾਂ ਦੀ ਹੋਗੀ ਬੈਠ ਸਾਰੇ। ਹਾਂਜੀ ਬਿਲਕੁਲ 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 ਬਿਲਕੁਲ। ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ, ਇੱਕ ਹੋਰ ਕੀਤਾ ਮੈਨੂੰ ਗੌਰਮੈਂਟ ਨੇ, ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਤੇ ਕੋਈ ਕਹੇ ਵੀ ਕਿਸੇ ਨਾਂ ਆਇਆ, ਕਿਤੇ ਕੇਸ 'ਚ ਆਇਆ, ਕਿਤੇ ਹੋਰ ਆਇਆ, ਹੈ ਨਾ, ਜਿਹਨਾਂ ਬੰਦਿਆਂ ਦੇ ਕੇਸ ਆਏ ਅਤੇ ਡਰਗ ਦੇ ਕੇਸ ਆਏ ਸਾਰੇ ਬਠਿੰਡੇ ਪਾਏ ਅਤੇ ਮੈਨੂੰ ਇਹਨਾਂ ਵਿੱਚ ਕਰਤਾ ਜੀ। ਮੈਂ ਕਪੂਰਥਲੇ ਤੋਂ ਲਿਆ ਕੇ ਚਲਾਣ ਇੱਥੇ ਪਤਾ ਮੇਰਾ ਬਠਿੰਡੇ ਸਾਰੇ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਭਾਰ ਸੀ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ, ਮੈਨੂੰ 12 ਸਾਲ, ਮੇਰਾ ਬਿਆਨਾਂ 'ਤੇ ਨਾ ਮੈਨੂੰ ਬੇਲ ਨਹੀਂ ਦੇ ਰਹੇ, ਜਾਣ ਬੁੱਝ ਕੇ ਸਾਰੇ ਇਕੱਠੇ ਹੋ ਰਹੇ ਨੇ। ਕਿਉਂ, ਕੀ ਕਾਰਨ ਕੀ ਹੈ? ਪਤਾ ਨਹੀਂ ਕੀ, ਮੈਨੂੰ ਸਮਝ ਲੱਗ ਰਹੀ ਕਿ ਜੁਡੀਸ਼ਰੀ ਨੂੰ ਦੇਖਣਾ ਚਾਹੀਦਾ, ਜੁਡੀਸ਼ਰੀ ਵੀ ਉਹ ਕਰ ਰਹੀ ਆ, ਧਿਆਨ ਨਾਲ ਦੇਖਣਾ ਚਾਹੀਦਾ ਮੇਰਾ ਕੇਸ। ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ, ਜੇ ਤੁਹਾਡੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ, ਕੀ ਕਾਰਨ ਲੱਗਦਾ? ਕੋਈ ਰਾਜਨੀਤਿਕ ਰਾਜਨੀਤਿਕ ਪ੍ਰੈਸ਼ਰ ਹੈ ਤੁਹਾਡੇ ਵੱਲੋਂ? ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦੇਰ ਪਹਿਲਾਂ, ਇੱਕ ਬਿਆਨ ਦਿੱਤਾ ਗਿਆ ਸੀਗਾ, ਲੇਕਿਨ ਅੱਜ ਤੱਕ ਉਸਦੀ ਇਨਕੁਆਇਰੀ ਵੀ ਨਹੀਂ ਹੋਈਗੀ।
ਮੈਂ ਤਾਂ ਸੀਬੀਆਈ ਮੰਗਦਾ ਸੀ ਵੀ ਮੈਂ ਜਾ ਕੇ ਮੰਗੂਗਾ ਹੁਣ ਵੀ ਅੱਜ ਮੰਗਦਾ ਮੈਨੂੰ ਫਾਂਸੀ ਮੈਂ ਤਾਂ ਇੱਕ ਗੱਲ ਕਹਿਣਾ ਜੇ ਮੈਨੂੰ ਇਹ 'ਚ ਕੋਈ ਦੋਸ਼ੀ ਪਾਇਆ ਜਾਵੇ ਸੀਬੀਆਈ ਹੋ ਕੇ ਜਾਂਚ ਕਰ ਦੇ ਮੈਨੂੰ ਫਾਂਸੀ ਦਿੱਤੀ ਜਾਵੇ ਮੇਰਾ ਕੋਈ ਡਾਕੂਮੈਂਟ ਸਾਰਾ ਹੀ ਹੋ ਚੁੱਕਿਆ ਉਹ ਇਸੇ ਸੇਮ ਐਫ ਆਈ ਆਰ ਉਹਦੇ ਵਿੱਚ ਉਹਨੂੰ 15 ਸਾਲ ਸਜ਼ਾ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋ ਗਈ ਸਾਰੇ ਹਾਂਜੀ ਬਿਲਕੁਲ 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 ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗੌਰਮੈਂਟ ਨੇ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਤੇ ਕੋਈ ਕਹੇ ਵੀ ਕਿਸੇ ਨਾਂ ਆਇਆ ਕਿਤੇ ਕੇਸ 'ਚ ਆਇਆ ਕਿਤੇ ਹੋਰ ਆਇਆ ਨਾ ਜਿਹਨਾਂ ਬੰਦਿਆਂ ਦੇ ਕੇਸ ਆਏ ਅਤੇ ਡਰੱਗ ਦੇ ਕੇਸ ਵਾਲੇ ਸਾਰੇ ਬਠਿੰਡੇ ਪਾਏ ਅਤੇ ਮੈਨੂੰ ਇਹਨਾਂ ਵਿੱਚ ਕਰਤਾ ਜੀ ਲਿਆ ਮੈਂ ਕਪੂਰਥਲੇ ਤੋਂ ਲਿਆ ਕੇ ਚਲਾਣ ਇੱਥੇ ਪਤਾ ਮੇਰਾ ਬਠਿੰਡੇ ਮੇਰੇ ਜੇਲ੍ਹ 'ਚ ਕੋਈ ਨਹੀਂ ਪਾਇਆ ਮੇਰਾ ਜੇਲ੍ਹ 'ਚ ਕੋਈ ਨਾਮਜ਼ਦ ਨਹੀਂ ਹੋਇਆ ਮੇਰੇ ਜੇਲ੍ਹ ਦੇ ਵਿੱਚ ਵੀ ਦੂਜਿਆਂ ਦੇ ਨਾਮਜ਼ਦ ਹੋਏ ਨੇ ਜੇ ਮੇਰਾ ਕਿਤੇ ਨਾਮਜ਼ਦ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਇੱਥੇ ਪਾ ਕਰ ਰਿਹਾ ਇਹ ਕੰਮ ਹੈ ਨਾ ਕਿਉਂ ਕੀਤੇ ਜਾ ਰਹੇ ਇੱਕ ਸਰਕਾਰ ਨੇ ਨਹੀਂ ਸਾਰੇ ਸਰਕਾਰਾਂ ਇਹ ਵੀ ਮੈਂ ਇੱਕ ਦੇ ਕਹੂੰਗਾ।